ਵਾਲੇਕੁਮ ਅਸਲਾਮ ਹੈ ਤੇਰੀ ਵਜ੍ਹਾ ਨਾਲ ਫਿਰ ਮੈਂ ਅੱਧਾ ਘੰਟਾ ਲੇਟ ਹੋ ਗਿਆ ਦਫ਼ਤਰ ਮੈਂ ਕਿਹਾ ਜੀ ਮੇਰੀ ਇਹਦੇ ਚ ਕੋਈ ਗਲਤੀ ਨਹੀਂ ਤੇਰੀ ਗਲਤੀ ਸਾਰੀ ਟਾਈਮ ਨਾ ਉੱਠ ਟਾਈਮ ਨਾ ਨਾਸ਼ਤਾ ਦੇਵੇ ਟਾਈਮ ਨਾ ਜਾਵਾਂ ਸਾਰੀ ਗਲਤੀ ਤੁਹਾਡੀ ਮੇਰੀ ਕਿਸ ਤਰ੍ਹਾਂ ਇਸ ਤਰ੍ਹਾਂ ਕਿ ਤੁਸੀਂ ਲੇਟ ਉੱਠਦੇ ਹੋ ਮੈਂ 7:30 ਵਜੇ ਦਾ ਉੱਠਿਆ 9:30 ਹੋ ਗਏ ਨੇ ਮੈਂ ਕਿਹਾ ਜੀ ਮੇਰੀ ਗੱਲ ਇੱਕ ਚਾਹ ਦਾ ਕੱਪ ਨਹੀਂ ਮਿਲਿਆ ਮੈਂ ਕਿਹਾ ਜੀ ਮੇਰੀ ਗੱਲ ਸੁਣੋ ਇਸ ਸਵੇਰ ਸਪੋਰਟ 'ਤੇ ਨਾਸ਼ਤਾ ਮੇਰੇ ਕੋਲ ਹੀ ਬਣਾਇਆ ਜਾਂਦਾ ਬਸ ਅੱਛਾ ਜੀ ਹੋਰ ਤੇਰੇ ਫਰਿਸ਼ਤੇ ਨੇ ਬਣਾਣੇ ਆ ਕੇ ਨਾਸ਼ਤੇ ਉਹ ਤੂੰ ਮੇਰੀ ਬੀਵੀ ਹੈ ਤੇਰੀ ਜ਼ਿੰਮੇਵਾਰੀ ਹੈ ਮੇਰੇ ਤੇ ਇੱਕ ਜ਼ਿੰਮੇਵਾਰੀ ਨਹੀਂ ਮੈਂ ਤਾਂ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਹੋਰ ਕਿਹੜੀ ਜ਼ਿੰਮੇਵਾਰੀ ਆ ਦੇਖੋ ਨਾ ਤਿੰਨੋਂ ਬੱਚੇ ਜਵਾਨ ਹੋ ਗਏ ਪਤਾ ਤੁਹਾਨੂੰ ਪਤਾ ਹੈ ਮੈਨੂੰ ਹਾਂ ਇਹ ਮੁੰਡਿਆਂ ਦਾ ਵੀ ਬੇੜਾ ਕਰਕ ਤੂੰ ਕੀਤਾ ਦੋਵੇਂ ਜਵਾਨ ਨੇ ਦੋਵੇਂ ਕੰਮ ਨਹੀਂ ਕਰਦੇ ਮੈਂ ਕਹਿੰਦੀ ਉਹ ਵੀ ਤੁਹਾਡੀ ਗਲਤੀ ਮੇਰੀ ਕਾਦੀ ਗਲਤੀ ਤੁਹਾਡੀ ਗਲਤੀ ਇਸ ਤਰ੍ਹਾਂ ਕਿ ਤੁਸੀਂ ਉਹਨਾਂ ਜੇਬ ਖਰਚ ਬੰਦ ਕਰੋਗੇ ਤੇ ਫਿਰ ਉਹ ਸੁਧਰਣਗੇ ਵਰਨਾ ਨਹੀਂ ਮੈਂ ਅੱਜ ਜੇਬ ਖਰਚ ਬੰਦ ਕਰਦੇ ਆ ਨਾ ਉਹ ਮੇਰਾ ਪਰਸ ਹੀ ਚੁੱਕ ਕੇ ਲੈ ਜਾਣ ਐਡੇ ਤੇਜ਼ ਨੇ ਉਹ ਹਾਂਜੀ ਬਿਲਕੁਲ ਫਿਰ ਵੀ ਮੈਂ ਕਹਿੰਦਾ ਇੱਕ ਵਾਰੀ ਵਜੀਆ ਭਤੀ ਜਿਹੜੀ ਹੈ ਨਾ ਸਾਡੀ ਹਾਂਜੀ ਉਹਦਾ ਰਿਸ਼ਤਾ ਤੇ ਹੋ ਜਾਵੇ ਹੱਥ ਪੀਲੇ ਕਰ ਦਵਾਂ ਫਿਰ ਮੁੰਡਿਆਂ ਦਾ ਵੀ ਹਿਸਾਬ ਕਿਤਾਬ ਲਾਵਾਂਗਾ ਤੇ ਤੇਰੀ ਵੀ ਮੈਂ ਜਿਹੜੀ ਨਾ ਮੱਤ ਸਿੱਧੀ ਕਰ ਦਵਾਂ 2 ਮਿੰਟ ਨਾਸ਼ਤਾ ਲੇਟ ਕਿਉਂ ਜਾ ਤੁਸੀਂ ਤਾਂ ਸਿਆਪਾ ਹੀ ਪਾ ਦਿੰਦੇ ਹੋ ਮੇਰੇ ਮੇਰੇ ਸਿਰ ਤੇ ਆ ਕੇ ਖਲੋ ਜਾਂਦੇ ਹੋ ਅੱਧਾ ਘੰਟਾ ਹੋ ਗਿਆ ਮੈਨੂੰ ਦਫ਼ਤਰ ਤੋਂ ਲੇਟ ਤੇ ਅੱਧੇ ਘੰਟੇ ਬਾਅਦ ਉਹ ਦਫ਼ਤਰ ਜਾਈਦਾ ਨਾ ਉਹਨੇ 100 ਗੱਲਾਂ ਨਾਸ਼ਤਾ ਬਣਾ ਲੈ ਤੇ ਟਾਈਮ ਲੱਗਦਾ ਟਾਈਮ ਲੱਗਦਾ ਨਾ ਓਏ ਆ ਵੀ ਸਕੂਰਿਆ ਧੁੰਦ ਪਾ ਠੰਡ ਪੈ ਰਹੀ ਹੈ ਧੁੰਦ ਪਾ ਠੰਡ ਕਿਹੜੀ ਹੁੰਦੀ ਓਏ ਉਹ ਸਮਝ ਗਏ ਨੇ ਆਹ ਪੂਰਾ ਓਏ ਹੋਏ ਬੜੀ ਠੰਡ ਆ ਓਏ ਆਹੋ ਹੈ ਠੰਡ ਲੇਕਿਨ ਭਾਏ ਨਾ ਅੱਜ ਮੈਂ ਮੋਟਰਸਾਈਕਲ ਤੇ ਨਹੀਂ ਜਾਣਾ ਦਫ਼ਤਰ ਤੁਹਾਡੇ ਨਾਲ ਜਾਵਾਂ ਮੈਂ ਤਾਂ ਤੈਨੂੰ ਅੱਗੇ ਕਿੰਨੀ ਵਾਰੀ ਕਿਹਾ ਤੂੰ ਮੈਂ ਨਾ ਗੱਡੀ ਤੇ ਜਾਇਆ ਕਰ ਗੱਡੀ ਤੇ ਵਾਪਸ ਆ ਜਾਇਆ ਕਰ ਬਿਲਕੁਲ ਸਹੀ ਔਰ ਭਾਬੀ ਠੀਕ ਠਾਕ ਮੈਂ ਠੀਕ ਆ ਭਾਈ ਸਾਹਿਬ ਤੁਸੀਂ ਸੁਣਾਓ ਠੀਕ ਹੋ ਬੱਚੇ ਠੀਕ ਨੇ ਹਾਂਜੀ ਸ਼ੁਕਰ ਅੱਲਾ ਦਾ ਤੇ ਹੋਰ ਸੁਣਾਓ ਭਾਬੀ ਨੂੰ ਜਿਹੜੇ ਮੈਂ ਕੱਪੜੇ ਭੇਜੇ ਸਨ ਪੂਰੇ ਆ ਗਏ ਹਾਂਜੀ ਪੂਰੇ ਨਹੀਂ ਇੱਥੋਂ ਥੋੜੇ ਥੋੜੇ ਫਸਦੇ ਨੇ ਕੱਪੜੇ ਤਾਂ ਸਹੀ ਸਨ ਮੋਟੀ ਹੋ ਗਈ ਹੋਣੀ ਹੈ ਨਹੀਂ ਮੋਟੀ ਨਹੀਂ ਹੋਈ ਮੈਂ ਹਾਲੇ ਰਾਤੀ ਚੈੱਕ ਕੀਤਾ ਮੇਰੇ ਕੋ ਥਰਮਾ ਵੀ ਉਹ ਹੁੰਦਾ ਫੀਤਾ ਫੀਤੇ ਨਾ ਮੈਂ ਨਾਪਿਆ ਉਹਦੀ 34 ਵੇਸ ਕੇ ਤੇ 34 ਕੋਈ ਗੱਲ ਬੇਗਮ ਭਾਬੀ ਜਵਾਨ ਵੀ ਤੇ ਬੜੀ ਹੈ ਨਾ ਅਲਹਮਦੁਲਿਲਾ ਤਾਂ ਪਤਾ ਨਹੀਂ ਕਿੰਜ ਹੋਈ ਹੈ ਮੈਂ ਨਹੀਂ ਕੀਤੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਮੈਂ ਅੱਗੇ ਹੀ ਲੇਟ ਆ ਦਫ਼ਤਰੋਂ ਨਾਸ਼ਤਾ ਕਰ ਲਿਆ ਕਦੋਂ ਨਾਸ਼ਤੇ ਨੂੰ ਤੇ ਹੋ ਰਿਹਾ ਮੈਂ ਚਲੋ ਬੜਾ ਘੰਟਾ ਹੋ ਗਿਆ ਨਾਸ਼ਤਾ ਨਹੀਂ ਕਰਿਆ ਮੈਂ ਕਹਿ ਦੀ ਦੋਵੇਂ ਫਰਾਕ ਇਕੱਠੇ ਨਾਸ਼ਤਾ ਕਰਕੇ ਜਾਣਾ ਤੇ ਯਾਰ ਮੈਂ ਬੜਾ ਬਾਜ਼ਾਰ ਐ ਸੌਰਵ ਤੋਂ ਉਹ ਲੈ ਮੈਂ ਤੇ ਆਪਣੀ ਜਨਾਨੀ ਨੂੰ ਖੁੱਲ ਕੇ ਆਇਆ ਨਹੀਂ ਯਾਰ ਓਏ ਮੈਂ ਥੱਲੇ ਲਾ ਕੇ ਰੱਖੀ ਕੁਛ ਕਿਤੇ ਵੀ ਨਹੀਂ ਉਹਨੇ ਨਹੀਂ ਬਾਹਰ ਸਾਰੇ ਇੰਜੀ ਕਹਿੰਦੇ ਨੇ ਘਰ ਆਪ ਥੱਲੇ ਲੱਗੇ ਹੁੰਦੇ ਨੇ ਓ ਜੀ ਜੇ ਆ ਕੰਮ ਕਰ ਜਾ ਕੇ ਮੇਰੀ ਜਨਾਨੀ ਥੱਲੇ ਲੱਗੀ ਹੈ ਉਹ ਕਿਵੇਂ ਮੈਂ ਬੈੱਡ ਤੇ ਪੈਣਾ ਉਹ ਥੱਲੇ ਪੈਂਦੀ ਹੈ ਉਹ ਇੰਜ ਨਹੀਂ ਤੇਰੇ ਕੋਲ ਡਰਦੀ ਹੋਵੇ ਤਾਂ ਫੇਰ ਮੰਨਾ ਉਹ ਡਰਦੀ ਹੈ ਸਾਹ ਨਹੀਂ ਉੱਚਾ ਲੈਂਦੀ ਜਦੋਂ ਮੈਂ ਘਰ ਵੜਨਾ ਕਸਮੇ ਦਮੇ ਦੀ ਮਰੀਜ਼ ਹੈ ਮੈਂ ਕਿਹਾ ਪਤਾ ਨਹੀਂ ਤੂੰ ਸਖਤ ਆਦਮੀ ਹੈ ਨਾ 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 ਬਹੁਤ ਮੇਰੇ ਕੋਲ ਡਰਦੀ ਓਏ ਓਏ ਬਈ ਮੈਂ ਬੜਾ ਪਰੇਸ਼ਾਨ ਆ ਤੇਰੀ ਜਨਾਨੀ ਨਹੀਂ ਗੱਲ ਮੈਂ ਇੰਨੇ ਸਾਲ ਹੋ ਗਏ ਵਿਆਹ ਨੂੰ ਜਿਹੜੀ ਗੱਲ ਕਰਾਂ ਕਿਉਂ ਪੈ ਜਾਂਦੀ ਯਾਰ ਗੱਲ ਹੀ ਨਹੀਂ ਸੁਣ ਓਏ ਸਿੰਪਲ ਤਰੀਕਾ ਜਨਾਨੀ ਨੂੰ ਘੋੜੀ ਅੰਦਰਾਂ ਰੱਖੀਦਾ ਮਸਲਨ ਟਾਈਮ ਸਿਰ ਉਹਨੂੰ ਚਾਂਪੀ ਕਰੋ ਮੱਖਣ ਦਾ ਪੇੜਾ ਖਵਾਓ ਦੇਸੀ ਘਿਓ ਖਵਾ ਰਿਆ ਮੈਂ ਇਹਨਾਂ ਨੂੰ ਪੇੜਾ ਮੱਖਣ ਦਾ ਖਵਾਓ ਚਾਂਪੀ ਕਰੋ ਜ਼ਰਾ ਘੋੜੀ ਕਰੇ ਤਾਂ ਪੂਛਲ ਚੁੱਕ ਕੇ ਛਾਟਾ ਮਾਰ ਕੀ ਬਕਵਾਸ ਕਰ ਰਿਹਾ ਤੂੰ ਬੇਗਮ ਸਹੀ ਰਹਿ ਕਿ ਘੋੜੀ ਦੇ ਤਰੀਕੇ ਨਾਲ ਰੱਖਣਾ ਘੋੜੀ ਨਹੀਂ ਰੱਖਣਾ ਨਹੀਂ ਮਤਲਬ ਤੇਰੇ ਕਹਿਣ ਦਾ ਮਤਲਬ ਹੈ ਕਿ ਡਾਂਟਦੇ ਰਹੋ ਜੇ ਨਾ ਮੰਨੇ ਇੱਕ ਦੀ ਲਾ ਵੀ ਦਿਓ ਇਹ ਕਹਿ ਰਿਹਾ ਆ ਚੱਲ ਲੈ ਨਹੀਂ ਤੇ ਬੰਦਾ ਡਾਂਟੇ ਕਿਸ ਗੱਲ ਤੋਂ ਯਾਰ ਉਹ ਯਾਰ ਜੋ ਪਕਾਂਦੀ ਹੈ ਕਹਿ ਮੈਨੂੰ ਜ਼ੈਕਾ ਹੀ ਨਹੀਂ ਆ ਰਿਹਾ ਅੱਛਾ ਕਹਿ ਬੇ ਬਿਲਕੁਲ ਠਿੱਕਾ ਇਹਦਾ ਜ਼ੈਕਾ ਹੀ ਕੋਈ ਨਹੀਂ ਇਸ ਬਹਾਨੇ ਉਹਦੀ ਮੈਂ ਬੇਇੱਜ਼ਤੀ ਕਰਾਂ ਹਾਂਡੀ ਚੁੱਕ ਕੇ ਕੰਧ 'ਚ ਮਾਰ ਓਏ ਹੋਏ ਅੱਛਾ ਜ਼ੈਕਾ ਕਹਿ ਕੀ ਫਿੱਕੀ ਸ਼ੈ ਪਕਾਈ ਉਹ ਬਚਾ ਤਾਂ ਛੱਡਦਾ ਮੈਂ ਸਮਝ ਗਿਆ ਆ ਰਿਹਾ ਨਾ ਨਾਸ਼ਤਾ ਆ ਤੇਰੇ ਸਾਹਮਣੇ ਵੇਖ ਮੈਂ ਕੀ ਕਰਵਾ ਕਰਾਂ ਨਾਸ਼ਤਾ ਆ ਗਿਆ ਜੀ ਹਾਂਜੀ ਲਿਓ ਤੇਰਾ ਖੋਦਰਾ ਹੈਲੋ ਜੀ ਐ ਜੀ ਪੁਦੀਨੇ ਦੀ ਚਟਨੀ ਓਏ ਚਟਨੀ ਵਾਹ ਪਾਪੀ ਚਟਨੀ ਬੜੀ ਆਲਾ ਚਟਨੀ ਹੈ ਆਹੋ ਪੁਦੀਨੇ ਦੀ ਹੈ ਨਾ ਪੁਦੀਨੇ ਦੀ ਪੁਦੀਨਾ ਨਹੀਂ ਵੇਖਿਆ ਕਦੀ ਹਰੇ ਰੰਗ ਦਾ ਮੇਰਾ ਫੇ ਹਟਦਾ ਆਹੋ ਆਹੋ ਜਿਵੇਂ ਧਣੀਆਂ ਨਹੀਂ ਹੁੰਦਾ ਜੀ ਪੁਦੀਨਾ ਹੁੰਦਾ ਉਹਦੀ ਚਟਨੀ ਅੱਛਾ ਹੋ ਰਹੀ ਏ ਹਾਂ ਉਹ ਭਾਬੀ ਤੇਰੀ ਚਟਨੀ ਬੜੀ ਆਲ ਹੈ ਤੂੰ ਤਾਂ ਚਲੇ ਜਾਣਾ ਬਾਅਦ ਚੋਂ ਕਹਿੰਦੇ ਚਟਨੀ ਬੇਵਕੂਫਾ ਸਾਡੇ ਚ ਕੋਈ ਵੀ ਨਹੀਂ ਕਰਦਾ ਰਹਿਤੇ ਦੀ ਗੱਲ ਕਰ ਇਹ ਸਾਡੇ ਚ ਕੋਈ ਇਸਤੇਮਾਲ ਨਹੀਂ ਕਰਦਾ ਤੇਰੇ ਵਾਸਤੇ ਸਪੈਸ਼ਲ ਬਣਾਇਆ ਚਲੋ ਯਾਰ ਖਾਓ ਇਹ ਲੜਾਈ ਪਾ ਲਓ ਵਾਹ ਜੀ ਵਾਹ ਬੇਵਕੂਫੋ ਆਹ ਬਸ ਠੀਕ ਹੈ ਹਾਂ ਵਾਹ ਜੀ ਵਾਹ ਬੜੇ ਅੱਛੇ ਪਰੌਂਠੇ ਪਕਾਏ ਨੇ ਭਾਬੀ ਨੇ ਮਾਂ ਮਜ਼ਾ ਆ ਰਿਹਾ ਵੀ ਆਂਡਿਆਂ ਦਾ ਮਜ਼ਾ ਆ ਰਿਹਾ ਜ਼ੈਕਾ ਬਹੁਤ ਮਜ਼ਾ ਆ ਰਿਹਾ ਐ ਨੇ ਜ਼ੈਕੇ ਆ ਦੇ ਭਾਬੀ ਦੇ ਹੱਥ ਟੇਸਟ ਹੈ ਤੂੰ ਨਾ ਕਹਿ ਮਜ਼ਾ ਆ ਰਿਹਾ ਕਿਉਂ
ਕੋਈ ਕਹਿਣਾ ਇਹ ਕੀ ਪਕਾਏ ਅੱਛਾ ਮੈਂ ਉਹਦੇ ਆਉਣ ਤੋਂ ਪਹਿਲੇ ਪਹਿਲੇ ਤਾਂ ਖਾ ਸਕਣਾ ਨਾ ਇੱਕ ਮਿੰਟ ਬੈਲਨ ਤੇ ਬੈਠੋ ਭਾਵੇਂ ਜਿੱਥੇ ਮਰਜ਼ੀ ਬੈਹੋ ਇੱਕੋ ਜਿੰਨੇ ਗਨਾਹ ਹੋਣਾ ਅੱਛਾ ਜੀ ਬੁਰਕੀ ਲਾਣੀ ਤੇ ਲਾ ਲਓ ਭਾਜੀ ਬੜੇ ਅੱਛੇ ਭਾਬੀ ਨੇ ਪਰੌਂਠੇ ਪਕਾਏ ਨੇ ਨਾਲ ਅੰਡੇ ਉਹ ਮੈਨੂੰ ਸਮਝ ਨਹੀਂ ਆਈ ਪਰੌਂਠੇ ਤੇ ਅੰਡੇ ਦੇ ਨਾਲ ਚਟਨੀ रोज की तरह बनाया नमक ना मिर्च की बनाई मेरी बिस्ती की नाश्ता तेरे घर का चीनी ना दूध पानी गर्म करके ले इतनी चीनी है मेरे थलो गन्ना निकलन लगा डर जो मर्जी पठे भी खा जाएगा नहीं मैं पठे खिंच सकना खा नहीं सकता रोटी खवानी अच्छा की चने ने आया ओजरी भी पता नहीं की होया नाश्ता क्यों नहीं पसंद आया मैं तो अच्छा ही बनाया थी तेरे आन दे खड़ाक बड़े होंगे तेरे आने खड़ाक बड़े होंगे मजे ते माया होने होंगे बीबी जी दही नहीं लगा ते तू अनी लेट क्यों आया कादे मजे है कादे मजे बीबी जी रश बड़ा थे उथे यकीन करो मैं करके बाजार गया वा दही वाली दुकान ते उथे ना रश बंदे ते बंदा चढ़िया मैं भी छाल मार के कितने चढ़ गया अच्छा मैं कह जेड़ी अभी वेखी जाएगी उतो अगे निकलिया दूसरी दुकान ते कहंदी मिलिया तीसरी दुकान से दही नहीं मिलिया चौथी दुकान से गया वहां तो मुंडा बैठा मैं दही है कहना अज नहीं है फिर वो प्यो आ गया मैं चाचा जी दही है कहना नहीं है नहीं लगा बस वापस आ फिर भी तू लेट आया तेरे पता तेरे साहब जी नाश्ता नहीं करके छड ना गल हाँ। चेक करके वे सही नहीं बनया तुसी तो बीबी जी एक कड़ी गल होना चेक कर लेने वाह वाह बीबी जी ऐंदे नाश्ता तुसी रोज मन दे दिया करो एडा अच्छा नाश्ता बने फिर उन्हां नु क्यों पसंद आया हो सकदा गुस्से च होना ਗੁੱਸੇ ਚ ਫਿਰ ਲੜ ਕੇ ਟੁੱਟ ਗਏ ਨੇ ਤੁਹਾਡੇ ਨਾਲ ਹਾਂ ਗੁੱਸੇ ਚ ਹੋਣਗੇ ਨਾ ਲੇਕਿਨ ਮੈਂ ਸ਼ਾਮ ਨੂੰ ਅੱਛੀਆਂ ਅੱਛੀਆਂ ਡਿਸ਼ਾਂ ਬਣਾ ਕੇ ਉਹਨਾਂ ਨੂੰ ਮਨਾ ਲਾਂਗੀ ਉਹਨਾਂ ਨੂੰ ਮਨਾਣਾ ਹਾਂ ਇਹ ਫਿਆਜੂ ਦੇ ਮਾਮ ਤੋਂ ਮਨਾਇਓ ਸਹੀ ਹੁੰਦਾ ਜੀ ਵੇ ਮੇਰੀ ਗੱਲ ਸੁਣ ਮਿੱਠੂ ਤੇਰਾ ਖਾਣਾ ਖਰਾਬ ਹੋਵੇ ਮਨਾਣਾ ਕਹਿ ਰਹੀ ਮਨਵਾਣਾ ਨਹੀਂ ਕਹਿ ਰਹੀ ਅੱਛਾ ਅੱਛਾ ਮਨਾਣਾ ਹੈ ਹਾਂ ਠੀਕ ਠੀਕ ਅੱਛੀ ਗੱਲ ਹੈ ਤੇ ਮੇਰੀ ਗੱਲ ਸੁਣ ਘਰ ਦੀਆਂ ਚੰਗੀ ਤਰ੍ਹਾਂ ਸਫਾਈਆਂ ਕਰਦੇ ਆ ਜੱਬਾ ਜੀ ਹਰਣੇ ਆਣਾ ਬੀਬੀ ਜੀ ਮੈਂ ਤਾਂ ਸਫਾਈਆਂ ਕੀਤੀ ਤੁਸੀਂ ਗੌਰ ਨਾਲ ਵੇਖਦੇ ਨਹੀਂ चलो सानू की अभी तो उन्होंने आने पहले अपना सारा समान सामना ਆਪਣੀ ਇਹ ਗੱਲ ਦਾ ਗੁੱਸਾ ਕਰਨ ਕੇ ਕੀਤਾ।